ਜਦੋਂ ਯੂਥ ਨੂੰ ਤਾਂ ਇਹ ਵੀ ਨਹੀਂ ਪਤਾ ਹੁਣ ਅਰਜਨ ਵੈਲੀ ਕੌਣਾ ਪੰਜਾਬ ਦੀ ਤਰਾਸਦੀ ਹੈ ਕਿ ਜਦੋਂ ਬਾਲੀਵੁੱਡ ਕਿਸੇ ਸਾਡੇ ਪੰਜਾਬੀ ਨੂੰ ਬਈ ਕਾਫੀ ਜ਼ਿਆਦਾ ਪ੍ਰਸਿੱਧੀ ਮਿਲ ਜਾਂਦੀ ਹੈ ਉਸ ਫੀਲਡ ਦੇ ਵਿੱਚ ਤੇ ਬਾਅਦ ਦੇ ਵੀ ਸਾਡੇ ਪੰਜਾਬੀ ਜਾਗਦੇ ਨਹੀਂ ਬਹੁਤ ਬੰਦੇ ਹੋਣਗੇ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਗੀਤ ਬਹੁਤ ਹਿੱਟ ਨੇ ਪਰ ਉਹਨਾਂ ਨੂੰ ਜਾਣਦਾ ਬਹੁਤਾ ਕੋਈ ਨਹੀਂ ਕਹਿੰਦੇ ਕਿ ਇੰਨੇ ਫੋਨ ਆ ਰਹੇ ਉਹਨਾਂ ਨੂੰ ਇੰਨੇ ਫੋਨ ਆ ਰਹੇ ਮਤਲਬ ਲੋਕਾਂ ਨੇ ਐ ਮਤਲਬ ਇਹੀ ਕੀਤਾ ਪਿਆ ਜੀ ਅਸੀਂ ਤੁਹਾਡਾ ਨੰਮ ਕੰਮ ਕਰਨਾ ਸਾਨੂੰ ਮਿਲੋ ਜੀ ਅਸੀਂ ਤੁਹਾਡਾ ਨੰਮ ਕੰਮ ਕਰਨਾ ਪਰ ਮੈਨੂੰ ਲੱਗਦਾ ਕਿ ਮੋਰਚਾ ਤਾਂ ਮਾਰ ਕੇ ਬੰਬੇ ਆ ਵੀ ਭੁਪਿੰਦਰ ਬੱਬਲ ਜੀ ਆ ਗਏ ਹੁਣ ਆਪਾਂ ਇਹਨਾਂ ਦੀ ਗੀਤ ਸੁਣਨੇ ਆ ਮਤਲਬ ਵੀ ਬੱਬੂ ਮਾਨ ਵੀ ਜਿਹੜੇ ਆ ਐਨੀ ਜ਼ਿਆਦਾ ਇਹਨਾਂ ਦੀ ਇੱਜ਼ਤ ਤੇ ਰਿਸਪੈਕਟ ਕਰਦੇ ਬਿਲਕੁਲ ਜੇਕਰ ਆਪਾਂ ਅਰਜੁਨ ਵੈਲੀ ਦਾ ਜ਼ਿਕਰ ਕਰੀਏ ਤਾਂ ਉਹਨਾਂ ਦਾ ਬੈਕਗ੍ਰਾਉਂਡ ਇਹ ਸੀਗਾ ਵੀ ਪਿੰਡ ਰੁੜਕੀ ਕਲਾਂ ਦੀ ਹੋ ਰਹਿਣ ਵਾਲੇ ਸੀਗੇ ਤੇ ਗੰਡਾਸੀ ਰੱਖਣ ਦਾ ਕਾਫੀ ਸ਼ੌਂਕ ਸੀ ਕਹਿੰਦੇ ਲੁਧਿਆਣਾ ਦੇ ਵਿੱਚ ਇੱਕ ਵਾਰੀ ਰੋਸ਼ਨੀ ਦਾ ਮੇਲਾ ਲੱਗਾ ਸੀ ਤੇ ਉਸ ਮੇਲੇ ਦੇ ਵਿੱਚ ਲੜਾਈ ਹੋ ਜਾਂਦੀ ਹੈ ਉਸ ਪਿੰਡ ਦੇ ਕਿਸੇ ਸਮੂਹ ਦੇ ਨਾਲ ਉਸ ਲੜਾਈ ਦਾ ਇਹ ਜ਼ਿਕਰ ਹੈ ਜ਼ਿਕਰ ਬਿਲਕੁਲ ਮੰਨ ਦਿਓ ਨਾ ਵੀ ਇਹ ਪੰਜਾਬ ਦੀ ਤਰਾਸਦੀ ਹੈ ਕਿ ਜਦੋਂ ਬਾਲੀਵੁੱਡ ਕਿਸੇ ਸਾਡੇ ਪੰਜਾਬੀ ਨੂੰ ਬਈ ਕਾਫੀ ਜ਼ਿਆਦਾ ਪ੍ਰਸਿੱਧੀ ਮਿਲ ਜਾਂਦੀ ਹੈ ਉਸ ਫੀਲਡ ਦੇ ਵਿੱਚ ਤੇ ਬਾਅਦ ਦੇ ਵੀ ਸਾਡੇ ਪੰਜਾਬੀ ਜਾਗਦੇ ਨੇ ਉਹ ਨਵਦੀਪ ਦੇਖੋ ਇਹ ਇਹ ਵੱਡੀ ਗੱਲ ਆ ਬੇਸਿਕਲੀ ਟੀ ਸੀਰੀਜ਼ ਦੀ ਫਿਲਮ ਆ ਇਹ ਔਰ ਭੂਸ਼ਣ ਕੁਮਾਰ ਹੋਰਾਂ ਦੇ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ ਹੋਰ ਵੀ ਨਾਲ ਸਾਥੀ ਨੇ ਪਰ ਇਹ ਇਹ ਵੱਡੀ ਚੀਜ਼ ਇਹੀ ਹੈ ਕਿ ਉਹਨਾਂ ਲੋਕਾਂ ਦੀ ਜਿਹੜੀ ਅੱਖ ਹੈ ਨਾ ਮੈਨੂੰ ਲੱਗਦਾ ਕਿ ਉਹ ਲੋਕ ਪਛਾਣਦੇ ਨੇ ਚੀਜ਼ਾਂ ਨੂੰ ਔਰ ਤੁਸੀਂ ਇਹ ਇਹ ਚੀਜ਼ ਦੇਖੋ ਮੈਨੂੰ ਨਹੀਂ ਲੱਗਦਾ ਕਿ ਭੁਪਿੰਦਰ ਬੱਬਲ ਹੋਰਾਂ ਨੇ ਕੋਈ ਉੱਥੇ ਉਹਨਾਂ ਨਾਲ ਸਬਾਪਤਾ ਕੀਤਾ ਹੋਊਗਾ ਕਿ ਮੇਰਾ ਗੀਤ ਐਦਾਂ ਐਦਾਂ ਉਹਨਾਂ ਦੀ ਦੇਖੋ ਟੀਮ ਦੀ ਰਿਸਰਚ ਕਿੰਨੀ ਹੋਊਗੀ ਬਿਲਕੁਲ ਬੇਸਿਕਲੀ ਜਿਹੜੀ ਫਿਲਮ ਐਨੀਮਲ ਉਹਦੇ ਵਿੱਚ ਜਿਹੜਾ ਰਣਵੀਰ ਕਪੂਰ ਦਾ ਕਰੈਕਟਰ ਆ ਉਹ ਕਹਿੰਦੇ ਕਿ ਅਰਜਨ ਵੈਲੀ ਦੇ ਨਾਲ ਮੇਚ ਖਾਂਦਾ ਜੋ ਉਹਨਾਂ ਨੇ ਦਿਖਾਇਆ ਕਿ ਉਹਦੇ ਨਾਲ ਕਿਵੇਂ ਸਿੰਘ ਨੇ ਪੂਰੇ ਜਿਹੜੇ ਆਪਣਾ ਪੂਰੇ ਕਰੈਕਟਰ ਦੇ ਵਿੱਚ ਨੇ ਹਨਾ ਪੂਰੀ ਪੰਜਾਬੀ ਦਿਖ ਦੇ ਵਿੱਚ ਨੇ ਔਰ ਉਹਨਾਂ ਨੇ ਫਿਰ ਕਿੰਨੀ ਰਿਸਰਚ ਕੀਤੀ ਹੋਊਗੀ ਲੱਬੇ ਆ ਔਰ ਗੀਤ ਦਾ ਜਿਹੜਾ ਕੱਲਾ ਕੱਲਾ ਬੋਲ ਆ ਉਹ ਰਣਵੀਰ ਕਪੂਰ ਦੀ ਜਿਸ ਤਰ੍ਹਾਂ ਦੀ ਉਹਦੀ ਸ਼ਕੀ ਦਿਖਾਈ ਗਈ ਹੈ ਫਿਲਮ ਦੇ ਵਿੱਚ ਹੈ ਨਾ ਜਿਸ ਤਰ੍ਹਾਂ ਦਾ ਉਹ ਅਗਰੈਸਿਵ ਦਿਖਾਇਆ ਗਿਆ ਜਿਵੇਂ ਉਹਦੇ ਕੱਟ-ਕੱਟ ਲੱਗੇ ਹੋਏ ਨੇ ਫੇਸ ਤੇ ਉਹੀ ਚੀਜ਼ ਨੂੰ ਰਿਪਰੈਜ਼ੈਂਟ ਕੀਤਾ ਗੀਤ ਨੇ ਕਿ ਕਿਵੇਂ ਉਹਨੇ ਜਿਹੜਾ ਅਰਜਨ ਵੈਲੀ ਅਸਲ ਤੌਰ ਤੇ ਕਿ ਕਹਿੰਦੇ ਇੱਕ ਗੰਡਾਸੀ ਦੇ ਨਾਲ ਹੀ ਇਹ ਅੰਗਰੇਜ਼ਾਂ ਦੀ ਜਿਹੜੀ ਫੌਜ ਸੀ ਨਾ ਉਹਨੇ ਅੱਗੇ ਲਾ ਲਈ ਸੀ ਤੇ ਉਹੀ ਚੀਜ਼ ਹੁਣ ਜਿਹੜੀ ਹੈ ਸਾਹਮਣੇ ਲੈ ਕੇ ਆ ਰਹੀ ਆ ਫਿਲਮ ਔਰ ਇਹ ਇਹ ਮੈਨੂੰ ਲੱਗਦਾ ਹੈ ਕਿ ਪੰਜਾਬੀ 뮤ਜ਼ਿਕ ਦੇ ਲਈ ਇੱਕ ਹੋਰ ਨਵਾਂ ਮੀਲ ਪੱਥਰ ਹੈ ਜੇਕਰ ਆਪਾਂ ਅਰਜੁਨ ਵੈਲੀ ਦਾ ਜ਼ਿਕਰ ਕਰੀਏ ਤਾਂ ਉਹਨਾਂ ਦਾ ਬੈਕਗ੍ਰਾਉਂਡ ਇਹ ਸੀਗਾ ਵੀ ਪਿੰਡ ਰੁੜਕੀ ਕਲਾ ਦੀ ਹੋਣ ਵਾਲੇ ਸੀਗੇ ਤੇ ਗੰਡਾਸੀ ਰੱਖਣ ਦਾ ਕਾਫੀ ਸ਼ੌਂਕ ਸੀ ਕਹਿੰਦੇ ਲੁਧਿਆਣਾ ਦੇ ਵਿੱਚ ਇੱਕ ਵਾਰੀ ਰੋਸ਼ਨੀ ਦਾ ਮੇਲਾ ਲੱਗਾ ਸੀ ਤੇ ਉਸ ਮੇਲੇ ਦੇ ਵਿੱਚ ਲੜਾਈ ਹੋ ਜਾਂਦੀ ਆ ਉਸ ਪਿੰਡ ਦੇ ਕਿਸੇ ਸਮੂਹ ਦੇ ਨਾਲ ਉਸੇ ਲੜਾਈ ਦਾ ਜ਼ਿਕਰ ਹੈ ਇਹ ਤਾਂ ਬਿਲਕੁਲ ਹਾਂ ਉਸੇ ਦਾ ਜ਼ਿਕਰ ਹੈ ਤੇ ਉਹ ਲੜਾਈ ਹੋ ਜਾਂਦੀ ਉਹ ਲੜਾਈ ਵੀ ਕਹਿੰਦੇ ਇਹ ਵੀ ਕਿਸੇ ਲੜਕੀ ਦੇ ਕਰਕੇ ਹੁੰਦੀ ਆ ਤੇ ਇਸ ਦਰਮਿਆਨ ਉਹ ਜਿੱਥੇ ਉਹ ਮੁੰਡਿਆਂ ਦਾ ਕਾਫੀ ਜ਼ਿਆਦਾ ਟੋਲਾ ਸੀਗਾ ਪਰ ਜੇ ਅਰਜਨ ਵੈਲੀ ਦੀ ਗੱਲ ਕਰੀਏ ਤੇ ਉਹਦੇ ਹੱਥ 'ਚ ਗੰਡਾਸਾ ਸੀਗਾ ਬਸ ਉਸ ਤੋਂ ਬਾਅਦ ਹੀ ਅਰਜਨ ਵੈਲੀ ਜਿਹੜਾ ਇੰਨਾ ਜ਼ਿਆਦਾ ਫੇਮਸ ਹੁੰਦਾ ਤੇ ਫਿਰ ਸਭ ਤੋਂ ਜ਼ਿਆਦਾ ਜ਼ਿਕਰ ਉਦੋਂ ਹੁੰਦਾ ਜਦੋਂ 1947 ਦੀ ਵੰਡ ਹੁੰਦੀ ਹੈ ਤਾਂ ਅਰਜਨ ਵੈਲੀ ਦੇ ਵੱਲੋਂ ਜਿਹੜੀ ਹੈ ਮੁਸਲਮਾਨ ਭਾਈਚਾਰੇ ਦੀ ਕਾਫੀ ਜ਼ਿਆਦਾ ਬਿਲਕੁਲ ਕੰਦੇ ਹੈਲਪ ਕੀਤੀ ਔਰ ਮਲੇਰਕੋਟਲੇ ਬਹੁਤ ਸੇਫ ਛੱਡ ਕੇ ਉਹਨਾਂ ਨੂੰ ਆਏ ਔਰ ਇਹ ਇੱਕ ਚੀਜ਼ ਇਹ ਵੀ ਜ਼ਿਕਰ ਆਉਂਦਾ ਕਿ ਜਿਹੜਾ ਅਰਜਨ ਵੈਲੀ ਨਾਮ ਬਾਅਦ ਤੋਂ ਜੁੜਿਆ ਅਰਜਨ ਸਿੰਘ ਨਲੂਆ ਕਿਹਾ ਜਾਂਦਾ ਹੈ ਇਹ ਇਹ ਹਰੀ ਸਿੰਘ ਨਲੂਆ ਦੇ ਚੌਥੇ ਪੁੱਤਰ ਇਹਨਾਂ ਨੂੰ ਕਿਹਾ ਜਾਂਦਾ ਹਾਲਾਂਕਿ ਕਿਉਂਕਿ ਰੈਫਰੈਂਸ ਲਾਇਬ੍ਰੇਰੀਆਂ ਗੋਰਿਆਂ ਦੇ ਵੱਲੋਂ ਜਦੋਂ ਇਹ ਚੀਜ਼ਾਂ ਹੋਈਆਂ ਨੇ ਬਹੁਤ ਜ਼ਿਆਦਾ ਸਾੜੀਆਂ ਗਈਆਂ ਬਹੁਤ ਚੀਜ਼ਾਂ ਮਤਲਬ ਕਿ ਇਤਿਹਾਸ ਦੇ ਨਾਲ ਉਹ ਕੀਤਾ ਗਿਆ ਪਰ ਇੱਕ ਚੀਜ਼ ਹੈ ਕਿ ਪੰਜਾਬ ਦਾ ਜਿਹੜਾ ਕੱਲਾ ਕੱਲਾ ਕਰੈਕਟਰ ਸੀ ਚਾਹੇ ਅਰਜਨ ਵੈਲੀ ਸੀਗਾ ਔਰ ਜਿੰਨਾ ਹੌਸਲਾ ਜਿੰਨੇ ਜਿੰਨਾ ਜਜ਼ਬਾ ਸੀ ਜਿੰਨੀ ਚੜ੍ਹਦੀ ਕਲਾ ਸੀ ਇਹਨਾਂ ਸਾਰੇ ਕਰੈਕਟਰਾਂਾਂ ਦੇ ਵਿੱਚ ਔਰ ਇਹ ਇਹ ਚੀਜ਼ ਆ ਮੈਨੂੰ ਲੱਗਦਾ ਕਿ ਯੂਥ ਨੂੰ ਵੀ ਬਹੁਤ ਮੋਟੀਵੇਟ ਕਰਨੀ ਹੈ ਦਲ ਤੋਂ ਪਾਸੇ ਨਹੀਂ ਸਹੀ ਵਾਲੇ ਪਾਸੇ ਹੱਕ ਸੱਚ ਦੀ ਲੜਾਈ ਲਈ ਵੀ ਅਰਜਨ ਵੈਲੀ ਕਹਿੰਦੇ ਲੜਦੇ ਰਹੇ ਨੇ ਕਿਉਂਕਿ ਜਦੋਂ ਇੱਕ ਗਰੀਬ ਵਿਅਕਤੀ ਦੇ ਨਾਲ ਧੱਕਾ ਹੋ ਰਿਹਾ ਸੀ ਤਾਂ ਉਸ ਵੇਲੇ ਅਰਜਨ ਵੈਲੀ ਨੇ ਇੱਕ ਪੁਲਿਸ ਮੁਲਾਜ਼ਮ ਦੀ ਬਾਹ ਵੀ ਤੋੜ ਦਿੱਤੀ ਸੀ ਵੀ ਉਸ ਗਰੀਬ ਲਾਚਾਰ ਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਤੇ ਪੁਲਿਸ ਮੁਲਾਜ਼ਮ ਦੀ ਬਾਹ ਤੋੜਨੇ ਬਹੁਤ ਵੱਡੀ ਗੱਲ ਹੈ ਵੀ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਉਥੇ ਦੇ ਹੈਨਾ ਸ਼ਾਸਨ ਕਾਲ ਦੇ ਵਿੱਚ ਉਸ ਪੁਲਿਸ ਮੁਲਾਜ਼ਮ ਦੀ ਬਾਹ ਤੋੜਨੀ ਤੇ ਇਸ ਤੋਂ ਲਾ ਕੇ ਵੀ ਕਿਹਾ ਜਾਂਦਾ ਅਰਜਨ ਵੈਲੀ ਨੂੰ ਲੈ ਕੇ ਵੀ ਕੁਝ ਸਮਾਂ ਦੇ ਦਰਮਿਆਨ ਉਹ ਗੁਰ ਚੱਕ ਵੀ ਬਣ ਗਏ ਸੀ ਪੰਜਾਬੀ ਸੋਭਾ ਮੋਰਚਾ ਜਿਹੜਾ ਹੋਇਆ ਸੀ ਤਾਂ ਪੰਜਾਬੀ ਪੰਜਾਬੀ ਸੂਬਾ ਮੋਰਚਾ ਔਰ ਬਿਲਕੁਲ ਆਖਿਰਲੇ ਸਮੇਂ ਦੇ ਵਿੱਚ ਗੁਰਸਿੱਖੀ ਵਾਲੋ ਮੋਰਚੇ ਸੀ ਤੇ ਉਸ ਸਮੇਂ ਉਹਨਾਂ ਨੇ ਜੇਲ੍ਹ ਵੀ ਕੱਟੀ ਆ ਮਤਲਬ ਕਿੰਨਾ ਜ਼ਿਆਦਾ ਰੁੱਤ ਬੈ ਤੇ ਮੈਨੂੰ ਲੱਗਦਾ ਜੇ ਬਾਲੀਵੁੱਡ ਦੀ ਜਿਹੜੀ ਇਹ ਮੂਵੀ ਆ ਨਾ ਇਸ ਨੇ ਪੰਜਾਬੀ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਸੇਧ ਦੇਣੀ ਆ ਵੀ ਜਿਹੜੇ ਅੱਜ ਕੱਲ ਅਸੀਂ ਸਵਾਰਥੀ ਹੋਈ ਜਾਂਦੇ ਆ ਮਤਲਬ ਹੀ ਹੋਈ ਜਾਂਦੇ ਆ ਸਾਨੂੰ ਐ ਲੱਗਦਾ ਵੀ ਸਾਡਾ ਹੱਕ ਹੋਣਾ ਚਾਹੀਦਾ ਸਾਨੂੰ ਦੂਜੇ ਦੇ ਹੱਕ ਦੀ ਜਾਂ ਦੂਜੇ ਦੀ ਲੜਾਈ ਲੜਨ ਦੀ ਲੋੜ ਨਹੀਂ ਤਾਂ ਇਹ ਮੂਵੀ ਬਹੁਤ ਜ਼ਿਆਦਾ ਇਨਸਪਾਇਰ ਜ਼ਰੂ ਦੀਪ ਤੁਸੀਂ ਇਹ ਚੀਜ਼ ਦੇਖੋ ਕਿ ਇਸ ਵੇਲੇ ਜਿਵੇਂ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਗਾਣਿਆਂ ਨੂੰ ਸਾਰਿਆਂ ਨੂੰ ਤੋੜਿਆ ਮਰੋੜਿਆ ਜਾਂਦਾ ਹੈ ਨਾ ਇਹ ਗਾਣੇ ਨੂੰ ਹੂ ਬਹੂ ਲਿੱਤਾ ਗਿਆ ਔਰ ਇੱਕ ਚੀਜ਼ ਇਹ ਵੀ ਆ ਕਿ ਇਦੂ ਬਾਦ ਹੁਣ ਜਿਹੜੀ ਨਵੀਂ ਸ਼ੁਰੂਆਤ ਹੋਊਗੀ ਨਾ ਤੁਸੀਂ ਇਹ ਦੇਖਿਓ ਕਿ ਬਹੁਤ ਗਾਣੇ ਨੇ ਜਿਹੜੇ ਮਤਲਬ ਸਿੱਧੇ ਤੌਰ ਤੇ ਇਦਾਂ ਹੀ ਹੂ ਬਹੂ ਆਉਣ